ਇਸ ਵੇਲੇ ਆਪਾਂ ਸੁਜਾਨਪੁਰ ਦੇ ਕਮਿਊਨਿਟੀ ਹੈਲਥ ਸੈਂਟਰ ਦੇ ਵਿੱਚ ਮੌਜੂਦ ਹਾਂ। ਤੁਹਾਨੂੰ ਦੱਸ ਦਈਏ ਕਿ ਸੁਜਾਨਪੁਰ ਦੇ ਲੋਕਾਂ ਦੀ ਡਿਮਾਂਡ ਸੀਗੀ ਕਿ ਸੁਜਾਨਪੁਰ ਦੇ ਕਮਿਊਨਿਟੀ ਹੈਲਥ ਸੈਂਟਰ ਦੇ ਵਿੱਚ ਡਾਕਟਰਾਂ ਦੀ ਕਮੀ ਹੈ। ਤੁਹਾਨੂੰ ਦੱਸ ਦਈਏ ਕਿ ਇਸ ਕਮਿਊਨਿਟੀ ਹੈਲਥ ਸੈਂਟਰ ਦੇ ਵਿੱਚ 3 ਮਹਿਲਾ ਡਾਕਟਰਾਂ ਨੇ, ਚਾਹੇ ਉਹ ਗਾਇਨੀ ਡਾਕਟਰ ਹੋਣ, ਚਾਹੇ ਉਹ ਬੱਚਿਆਂ ਦੇ ਸਪੈਸ਼ਲ ਡਾਕਟਰ ਹੋਣ, ਚਾਹੇ ਦੰਦਾਂ ਦੇ ਸਪੈਸ਼ਲ ਡਾਕਟਰ ਹੋਣ, ਉਹ ਵਧੀਆ ਤਰੀਕੇ ਦੇ ਨਾਲ ਲੋਕਾਂ ਦੀ ਸੇਵਾਵਾਂ ਕਰ ਰਹੇ ਨੇ। ਪਰ ਸ਼ਹਿਰ ਵਾਸੀਆਂ ਦੀ ਇਹ ਮੰਗ ਹੈ ਕਿ ਇਸ ਹੋਸਪਿਟਲ ਦੇ ਵਿੱਚ MD ਮੈਡੀਸਿਨ ਡਾਕਟਰ ਦੀ ਕਮੀ ਹੈ, ਜਿਸ ਕਰਕੇ ਸੀਨੀਅਰ ਸਿਟੀਜ਼ਨਾਂ ਨੂੰ ਅਤੇ ਮਰਦਾਂ ਨੂੰ ਖਾਸ ਤੌਰ 'ਤੇ ਕਾਫੀ ਦਿੱਕਤਾਂ ਦਾ ਸਾਹਮਣਾ ਆਉਂਦਾ ਕਿ ਉਹਨਾਂ ਨੂੰ ਚੈੱਕਅਪ ਕਰਾਉਣ ਵਾਸਤੇ ਕਈ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ, ਕਿਉਂਕਿ ਕਈ ਬਿਮਾਰੀਆਂ ਜਿਹੜੀਆਂ ਨੇ ਉਹ ਮਹਿਲਾ ਡਾਕਟਰ ਦੇ ਨਾਲ ਮਰਦ ਜਿਹੜੇ ਨੇ ਉਹ ਸ਼ੇਅਰ ਨਹੀਂ ਕਰ ਸਕਦੇ। ਇਸ ਕਰਕੇ ਸ਼ਹਿਰ ਵਾਸੀਆਂ ਨੇ ਜਿਹੜਾ ਖੁੱਲ੍ਹੇ ਤੌਰ ਦੇ ਉੱਪਰ ਪੰਜਾਬ ਸਰਕਾਰ ਨੂੰ ਮੰਗ ਕੀਤੀ ਹੈ ਕਿ ਇਸ ਕਮਿਊਨਿਟੀ ਹੈਲਥ ਸੈਂਟਰ ਦੇ ਵਿੱਚ ਡਾਕਟਰਾਂ ਦੀ ਕਮੀ ਨੂੰ ਪੂਰਾ ਕੀਤਾ ਜਾਵੇ। ਸ਼ਹਿਰ ਦੇ ਵੱਖ ਵੱਖ ਲੋਕਾਂ ਦੀਆਂ ਜਿਹੜੀਆਂ ਵਟਸਐਪਾਂ ਕੀਤੀਆਂ ਨੇ, ਤੁਹਾਨੂੰ ਸੁਣਾ ਰਹੇ ਹਾਂ ਲੋਕਾਂ ਦੀ ਕੀ ਮੰਗ ਹੈ। ਲੋਕਾਂ ਦਾ ਕਹਿਣਾ ਕਿ ਪੰਜਾਬ ਸਰਕਾਰ ਜਿਹੜੀ ਆ ਉਹ ਆਮ ਆਦਮੀ ਕਲੀਨਿਕ ਤਾਂ ਖੋਲ੍ਹ ਰਹੀ ਹੈ, ਪਰ ਕਮਿਊਨਿਟੀ ਹੈਲਥ ਸੈਂਟਰ ਸੁਜਾਨਪੁਰ ਦੇ ਵਿੱਚ ਡਾਕਟਰਾਂ ਦੀ ਕਮੀ ਹੋਣ ਕਰਕੇ ਲੋਕਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ। ਸਥਾਨਕ ਲੋਕਾਂ ਨੇ ਪੰਜਾਬ ਸਰਕਾਰ ਅੱਗੇ ਮੰਗ ਕੀਤੀ ਹੈ ਕਿ ਇਸ ਹੋਸਪਿਟਲ ਦੇ ਵਿੱਚ ਡਾਕਟਰਾਂ ਦੀ ਕਮੀ ਨੂੰ ਪੂਰਾ ਕੀਤਾ ਜਾਵੇ। ਦੂਜੇ ਪਾਸੇ SMO ਜੋ CSC ਸੁਜਾਨਪੁਰ ਦੇ SMO ਨੇ, ਉਹਨਾਂ ਨਾਲ ਆਪਾਂ ਗੱਲਬਾਤ ਕੀਤੀ ਹੈ। ਉਹਨਾਂ ਨੇ ਮੰਨਿਆ ਕਿ ਇਸ ਕਮਿਊਨਿਟੀ ਹੈਲਥ ਸੈਂਟਰ ਦੇ ਵਿੱਚ ਕਾਫੀ ਜ਼ਿਆਦਾ ਜਿਹੜੀ ਕਮੀਆਂ ਹੈਗੀਆਂ ਨੇ, ਉਹਨਾਂ ਕਿਹਾ ਡਾਕਟਰ ਦੀ ਕਮੀ ਤਾਂ ਹੈਗੀ ਹੈ, ਆਪਾਂ ਡਿਪਾਰਟਮੈਂਟ ਨੂੰ ਲਿਖ ਕੇ ਭੇਜਿਆ ਅਤੇ ਜਲਦੀ ਇਹ ਹੱਲ ਜਿਹੜਾ ਲੋਕਾਂ ਦਾ ਕਰ ਦਿੱਤਾ ਜਾਵੇਗਾ। ਆਓ ਦੇਖਦੇ ਹਾਂ ਰਿਪੋਰਟ 'ਤੇ ਗੱਲਬਾਤ ਕਰਦੇ ਹਾਂ ਸਥਾਨਕ ਲੋਕਾਂ ਦੇ ਨਾਲ ਅਤੇ SMO ਸੁਜਾਨਪੁਰ ਦੇ ਨਾਲ ਕੀ ਕਹਿਣਾ ਉਹਨਾਂ ਦਾ ਇਸ ਪੂਰੇ ਮਾਮਲੇ ਦੇ ਬਾਰੇ। ਕਮਿਊਨਿਟੀ ਹੈਲਥ ਸੈਂਟਰ ਜਿਹੜਾ ਇਹ ਅੱਜ ਤੋਂ 15 ਸਾਲ ਪਹਿਲੇ ਹੋਸਪਿਟਲ ਹੁੰਦਾ ਸੀਗਾ। ਜਦੋਂ ਦਿਨੇਸ਼ ਸਿੰਘ ਬੱਬੂ ਜੀ ਮੰਤਰੀ ਬਣੇ ਆ, ਉਹਦੇ ਬਾਅਦ ਇਹਦੀ ਡੀਗ੍ਰੇਡ ਹੁੰਦਾ ਗਿਆ। ਸਾਰੇ ਡਾਕਟਰ ਜਿਹੜੇ ਆ ਉਹ ਕੋਈ ਮਮੂਨ ਚਲੇ ਗਏ, ਕੋਈ ਹੋਰ ਕਿਤੇ ਭੇਜਤੇ। ਇੱਥੇ ਹੁਣ ਇਸ ਵੇਲੇ ਹਾਲਾਤ ਇਹ ਹੈਗੇ ਆ ਕਿ ਡਾਕਟਰ ਕੋਈ ਨਹੀਂ ਹੈਗਾ, ਮਰੀਜ਼ ਬੇਹਿਸਾਬ ਹੈ ਨਾ, ਤੇ ਦਵਾਈਆਂ ਪੂਰੀਆਂ ਮਿਲਦੀਆਂ ਅਤੇ ਨਾ ਹੀ ਟੈਸਟ ਪੂਰੇ ਹੁੰਦੇ ਆ। ਟੈਸਟ ਕਰਨ ਵਾਸਤੇ ਸਮਾਨ ਨਹੀਂ ਆਉਂਦਾ, ਲੜਕੇ ਹੈਗੇ ਆ ਕੰਮ ਕਰਨ ਵਾਲੇ, ਡਾਕਟਰ ਮਿਹਨਤੀ ਆ, ਮਗਰ ਡਾਕਟਰ ਹੈ ਹੀ ਇੱਕ ਲੇਡੀ ਡਾਕਟਰ ਹੈ, ਡਾਕਟਰ ਅੰਚਲ ਸ਼ਰਮਾ, ਇੱਕ ਬੱਚਿਆਂ ਦੀ ਡਾਕਟਰ ਹੈ, ਹੋਰ ਕੋਈ ਡਾਕਟਰ ਨਹੀਂ ਹੈਗਾ। ਇਸ ਕਰਕੇ ਲੋਕ ਬਹੁਤ ਪਰੇਸ਼ਾਨ ਨੇ। ਇਸ ਹੋਸਪਿਟਲ ਦੇ ਵਿੱਚ ਕਮ ਸੇ ਕਮ 7-8 ਡਾਕਟਰ ਹੋਣੇ ਚਾਹੀਦੇ ਆ। ਆਬਾਦੀ ਜਿਹੜੀ ਆ ਉਹ ਤਾਂ ਵੱਧ ਰਹੀ ਆ ਅਤੇ ਡਾਕਟਰ ਘੱਟਦੇ ਪਏ ਆ, ਮੁਲਾਜ਼ਮ ਘੱਟਦੇ ਪਏ ਆ, ਸੇਵਾਦਾਰ ਘੱਟਦੇ ਪਏ ਆ। ਸਰਕਾਰ ਨੂੰ ਇਹ ਬੇਨਤੀ ਕੀਤੀ ਜਾਂਦੀ ਹੈ ਕਿ ਇੱਥੇ ਡਾਕਟਰਾਂ ਦੀ ਰੋਟੇਸ਼ਨ ਵਾਈਜ਼ ਡਿਊਟੀ ਲਾ ਦਿਓ, ਘੱਟੋ ਘੱਟ ਹਫ਼ਤੇ 'ਚ 2 ਦਿਨ ਹੱਡੀਆਂ ਵਾਲੇ ਆਉਣ, 2 ਦਿਨ MD ਮੈਡੀਸਨ ਆਉਣ, 2 ਦਿਨ ਸਰਜਨ ਆਉਣ, 2 ਦਿਨ ਅੱਖਾਂ ਵਾਲੇ ਆਉਣ। ਕੋਈ ਇਹੋ ਜਿਹਾ ਸਿਸਟਮ ਬਣਾਇਆ ਜਾਏ ਜਿਹਦੇ ਨਾਲ ਆਮ ਲੋਕਾਂ ਨੂੰ ਆਰਾਮ ਹੋਵੇ। ਇੱਥੇ ਡਾਕਟਰ ਤਹਿ ਦਿਲ ਤੋਂ ਮਿਹਨਤ ਕਰਕੇ ਲੋਕਾਂ ਨੂੰ ਦਿਖਦੇ ਆ, ਮਗਰ ਪੇਸ਼ੈਂਟ ਇੰਨੇ ਜ਼ਿਆਦਾ ਨੇ ਕਿ ਉਹਨਾਂ ਦੀ ਮਜਬੂਰੀ ਹੈਗੀ ਹੈ। ਸਿਰਫ 2 ਡਾਕਟਰ ਹੋਣ ਕਰਕੇ ਇੱਥੇ ਹਾਲਤ ਜਿਹੜੇ ਆ ਬਹੁਤ ਮਾੜੇ ਹੈਗੇ ਆ। ਦਵਾਈਆਂ ਦੀ ਵੀ ਪ੍ਰੋਪਰ ਸਪਲਾਈ ਨਹੀਂ ਆਉਂਦੀ, ਈਵਨ ਕਈ ਵਾਰੀ ਸ਼ੂਗਰ ਦੀ BP ਦੀ ਦਵਾਈ ਵੀ ਨਹੀਂ ਆਉਂਦੀ ਹੈਗੀ, ਉਹ ਵੀ 5-5, 7-7, 10-10 ਦਿਨ ਲੇਟ ਆਉਂਦੀ ਹੈਗੀ ਆ। ਸੀਨੀਅਰ ਸਿਟੀਜ਼ਨ ਜਿਹੜੇ ਆ ਉਹਨਾਂ ਨੂੰ ਸਭ ਤੋਂ ਜ਼ਿਆਦਾ ਪਰੇਸ਼ਾਨੀ ਹੈ, ਉਹਨਾਂ 'ਚ ਮੈਂ ਖੁਦ ਵੀ ਆਉਂਦਾ। ਮੈਂ ਕਈ ਵਾਰੀ ਜਾਂਦਾ, ਮੈਂ SMO ਸਾਹਿਬ ਨੂੰ ਵੀ ਕਿਹਾ ਵੀ ਕੋਈ ਇਹੋ ਜਿਹਾ ਸਿਸਟਮ ਬਣਾਓ, ਇੱਥੇ ਘੱਟੋ ਘੱਟ ਸੀਨੀਅਰ ਸਿਟੀਜ਼ਨ ਬੰਦੇ ਕਿੱਥੇ ਜਾਣਗੇ, ਪਠਾਨਕੋਟ ਜਾਣ, ਜਾਣ ਆਉਣ ਦਾ ਸਿੱਧਾ ਸਾਧਨ ਕੋਈ ਨਹੀਂ ਹੈਗਾ। ਇਸ ਕਰਕੇ ਸਰਕਾਰ ਨੂੰ, SMO ਸਾਹਿਬ ਨੂੰ, DC ਸਾਹਿਬ ਨੂੰ, ਸਾਰਿਆਂ ਨੂੰ ਇਹ ਬੇਨਤੀ ਕੀਤੀ ਜਾਂਦੀ ਹੈ
ਕਿ ਸੁਜਾਨਪੁਰ ਹਸਪਤਾਲ ਨੂੰ ਡਿਸਪੈਂਸਰੀ ਨਾ ਬਣਾਓ, ਇਹਨੂੰ ਹੋਸਪਿਟਲ ਬਣਾਓ। ਇੱਥੇ 25 ਬੈੱਡ ਦਾ ਹੋਸਪਿਟਲ ਹੈਗਾ, ਇੱਥੇ ਪੂਰੇ ਡਾਕਟਰ ਹੋਣੇ ਚਾਹੀਦੇ ਆ, ਇੱਥੇ ਪੂਰਾ ਇਨਫਰਾਸਟ੍ਰਕਚਰ ਹੋਣਾ ਚਾਹੀਦਾ। ਸੋ ਆਪ ਜੀ ਦੀ ਧਿਆਨ ਦੇ ਵਿੱਚ ਇਹ ਗੱਲ ਲਿਆਂਦੀ ਜਾਂਦੀ ਹੈ ਕਿ ਸੁਜਾਨਪੁਰ ਨੂੰ ਸੁਜਾਨਪੁਰ ਵਧੀਆ ਬਣਾਓ, ਅੱਛਾ ਬਣਾਓ, ਲੋਕਾਂ ਨੂੰ ਸਿਹਤ ਦੀ ਸੁਵਿਧਾ ਜਿਹੜੀ ਹੈ ਉਹ ਅੱਛੀ ਦਿੱਤੀ ਜਾਏ। ਔਰ ਇੱਕ ਚੀਜ਼ ਹੋਰ ਹੈ ਕਿ ਜਿਹੜਾ ਤੁਸੀਂ ਕਹਿੰਦੇ ਹੋ ਜਿਹੜਾ ਬੀਮਾ ਕਾਰਡ ਹੈਗਾ ਆਯੁਸ਼ਮਾਨ ਕਾਰਡ, ਉਹਦਾ ਕਿਸੇ ਵੀ ਹਸਪਤਾਲ ਚਲ ਜਾਓ, ਡਾਕਟਰ ਇਹ ਕਹਿੰਦੇ, ਅੱਗੋਂ ਹੋਸਪਿਟਲ ਵਾਲੇ ਇਹ ਕਹਿੰਦੇ ਆ ਵੀ ਜੀ ਸਾਨੂੰ ਪੈਸੇ ਨਹੀਂ ਆਉਂਦੇ ਹੈਗੇ, ਪੁੱਛੋ ਜੀ ਤੁਹਾਡਾ ਇਲਾਜ ਕੀ ਕਰੀਏ। ਸੀਨੀਅਰ ਸਿਟੀਜ਼ਨ, ਗਰੀਬ ਆਦਮੀ, ਮੱਧਮ ਤਬਕਾ ਜਿਹੜਾ ਉਹ ਇਸ ਗੱਲ 'ਤੇ ਬੜਾ ਪਰੇਸ਼ਾਨ ਹੈ ਸਰਕਾਰ ਕੋਲੋਂ ਵੀ ਹੋਸਪਿਟਲਾਂ 'ਚ ਪੈਸੇ ਨਹੀਂ ਆਉਂਦੇ। ਪੈਸੇ ਨਾ ਆਉਣ ਕਰਕੇ ਲੋਕ ਜਿਹੜੇ ਆ ਉਹ ਬਹੁਤ ਤੰਗ ਹੈਗੇ ਆ। ਉਹਨਾਂ ਨੂੰ ਹੋਸਪਿਟਲਾਂ ਨੂੰ ਪੈਸੇ ਦਿਓ, ਜਿਹੜਾ ਨਹੀਂ ਇਲਾਜ ਕਰਦਾ ਉਹਦੀ ਵਾਸਤੇ ਕੋਈ ਨੰਬਰ ਦਿਓ ਵੀ ਬੰਦਾ ਨੰਬਰ 'ਤੇ ਸ਼ਿਕਾਇਤ ਕਰ ਸਕਦਾ ਵੀ ਅਸੀਂ ਉਸ ਹੋਸਪਿਟਲ ਗਏ ਹਾਂ, ਸਾਨੂੰ ਉਹਨਾਂ ਨੇ ਕਿਹਾ ਤੁਹਾਡਾ ਆਯੁਸ਼ਮਾਨ ਕਾਰਡ ਨਹੀਂ ਚੱਲਣਾ। ਮੈਂ ਇਹੋ ਜਿਹੇ ਕਈ ਬੰਦੇ ਤੁਹਾਨੂੰ ਮਿਲਾ ਸਕਦਾ ਜਿਹੜੇ ਹੋਸਪਿਟਲਾਂ 'ਚ ਗਏ ਆ, ਉਹ ਕਹਿੰਦੇ ਜੀ ਆਯੁਸ਼ਮਾਨ ਕਾਰਡ ਨਹੀਂ ਚੱਲਦਾ ਹੈਗਾ। ਕਿਉਂ? ਕਿਉਂਕਿ ਪੈਸੇ ਨਹੀਂ ਆਉਂਦੇ ਸਾਨੂੰ, ਸਾਨੂੰ ਪੈਸੇ ਨਹੀਂ ਮਿਲਦੇ, ਕੰਮ 'ਤੇ ਪੇਟ ਵਾਸਤੇ ਕਰਨਾ ਹਰ ਇੱਕ ਨੇ। ਉਹ ਆਪ ਜੀ ਨੂੰ, ਸਾਰਿਆਂ ਅਫਸਰਾਂ ਨੂੰ, ਡੀਸੀ ਸਾਹਿਬ ਨੂੰ, ਪੰਜਾਬ ਸਰਕਾਰ ਨੂੰ ਇਹ ਬੇਨਤੀ ਕੀਤੀ ਜਾਂਦੀ ਹੈ ਕਿ ਸੁਜਾਨਪੁਰ ਨੂੰ ਇੱਕ ਵਧੀਆ ਹਸਪਤਾਲ ਬਣਾਓ, ਲੋਕਾਂ ਦੀ ਸਹੂਲਤਾਂ ਜਿਹੜੀਆਂ ਉਹ ਅੱਛੀਆਂ ਦਿਓ ਤਾਂ ਕਿ ਤੁਹਾਨੂੰ ਚੁਣ ਕੇ ਅੱਗੇ ਵਧੀਆ ਢੰਗ ਨਾਲ ਭੇਜਿਆ ਜਾ ਸਕੇ। ਹਾਂਜੀ ਸਰ, ਇਹ ਤਾਂ ਤੁਸੀਂ ਬਹੁਤ ਵਧੀਆ ਕੁਐਸਚਨ ਸਾਡੇ ਅੱਗੇ ਰੱਖਿਆ। ਸਾਡੇ ਸੁਜਾਨਪੁਰ ਨੂੰ ਇਸ ਚੀਜ਼ ਦੀ ਬਹੁਤ ਜ਼ਿਆਦਾ ਦਿੱਕਤ ਹੈ। ਸਿਵਲ ਹਸਪਤਾਲ ਸੁਜਾਨਪੁਰ ਸਿਰਫ 2 ਲੇਡੀ ਡਾਕਟਰ ਹੈ, ਅਤੇ ਉਹਦੇ ਵਿੱਚ ਵੀ ਜੇ ਓਪਰੇਸ਼ਨ ਦੀ ਗੱਲ ਕਰੀਏ ਜਿਵੇਂ ਬੱਚੇ ਦੇ ਉੱਪਰ, ਉਹ ਵੀ ਓਪਰੇਸ਼ਨ ਇੱਥੇ ਨਹੀਂ ਹੁੰਦੇ ਹੈਗੇ, ਸਿਰਫ ਨੋਰਮਲ ਡਿਲੀਵਰੀ ਇੱਥੇ ਕਰਦੇ ਹੈਗੇ ਆ। ਓਪਰੇਸ਼ਨ ਦਾ ਜਦੋਂ ਇਸ ਕਹਿੰਦਾ ਆ, ਇਹ ਕਹਿੰਦੇ ਪਠਾਨਕੋਟ ਲੈ ਜਾਓ, ਮਤਲਬ 9 ਮਹੀਨੇ ਇੱਥੇ ਟ੍ਰੀਟਮੈਂਟ ਚੱਲਦਾ ਹੁੰਦਾ ਹੈ, ਬਾਅਦ 'ਚ ਪਠਾਨਕੋਟ ਰੈਫਰ ਕਰ ਦਿੰਦੇ ਆ। ਇੱਥੇ ਚਾਹੀਦਾ ਹੈਗਾ ਕਿ ਡਾਕਟਰ ਸਿਜੇਰੀਅਨ ਵਾਲੇ ਵੀ ਆਉਣ, ਇੱਥੇ ਸਿਜੇਰੀਅਨ ਦਾ ਵੀ ਸਿਸਟਮ ਚੱਲੇ, ਨਾਲ ਜਿਸ ਤਰ੍ਹਾਂ ਬਾਕੀ ਸਾਡੇ ਵਰਗੇ ਜੈਂਟਸ ਨੂੰ ਕੋਈ ਪ੍ਰੋਬਲਮ ਪੈ ਜਾਂਦੀ ਹੈਗੀ ਹੈ ਤਾਂ ਇੱਥੇ ਕੋਈ ਡਾਕਟਰ ਨਹੀਂ ਹੈ ਜੈਂਟਸ ਵਾਸਤੇ। ਅਤੇ ਸਾਡੀ ਤਾਂ ਪ੍ਰਸ਼ਾਸਨ ਅੱਗੇ ਇਹੋ ਮੰਗ ਹੈ ਕਿ ਸੁਜਾਨਪੁਰ ਦੇਖ ਲਓ ਕਿੱਡਾ ਵੱਡਾ ਸ਼ਹਿਰ ਹੈਗਾ ਆ, ਪਰ ਡਾਕਟਰ 2 ਉਹ ਵੀ ਲੇਡੀਜ਼, ਇਸ ਕਰਕੇ ਇੱਦਾਂ ਧਿਆਨ ਦੇਣ ਪ੍ਰਸ਼ਾਸਨ ਅਤੇ ਇੱਥੇ ਡਾਕਟਰ ਵੱਧ ਤੋਂ ਵੱਧ ਲੈ ਕੇ ਆਉਣ, ਕਿਉਂਕਿ ਇੱਥੇ ਬੜੀ ਸਹੂਲਤ ਹੈ। ਪਹਿਲੇ ਇੱਕ ਵਾਰੀ ਆਏ ਸੀ ਜੈਂਟਸ, ਇੱਕ ਦੋ ਡਾਕਟਰ, ਉਹਨਾਂ ਨੇ ਬਹੁਤ ਵਧੀਆ ਸੁਜਾਨਪੁਰ ਸੰਭਾਲਿਆ, ਪਰ ਫਿਰ ਉਹਨਾਂ ਦੀ ਬਦਲੀ ਕਰਤੀ, ਇੱਥੋਂ ਚੁੱਕ ਦਿੰਦੇ ਨੇ, ਇਹ ਨਹੀਂ ਪਤਾ ਕਿਉਂ ਚੁੱਕਦੇ ਆ। ਇਸ ਕਰਕੇ ਇੱਧਰ ਧਿਆਨ ਦੇ ਕੇ ਲੋਕਾਂ ਦੇ ਹੱਕ ਵਿੱਚ ਬੋਲ ਕੇ ਇੱਧਰ ਧਿਆਨ ਦਿਓ। ਸਾਡੇ ਸੁਜਾਨਪੁਰ ਅਤੇ ਨੀਅਰ ਬੋਰਡ ਦੀ ਤਕਰੀਬਨ ਲਗਭਗ 70,000 ਤੋਂ ਵੱਧ ਦੀ ਆਬਾਦੀ ਹੈ, ਲੇਕਿਨ ਇੱਥੇ ਤਕਰੀਬਨ 2 ਹੀ ਲੇਡੀਜ਼ ਡਾਕਟਰ ਕਾਫੀ ਦੇਰ ਤੋਂ ਹੈਗੇ ਆ। ਪਿੱਛੇ ਜਿਹੀ ਸਾਡੇ ਵਗਨਾ ਹੈਲਥ ਦੇ ਚੇਅਰਮੈਨ ਸ਼੍ਰੀ ਰਮਨ ਬੈਲ ਜੀ ਆਏ ਸੀ, ਉਹਨਾਂ ਨੂੰ ਵੀ ਰਿਕੁਐਸਟ ਕੀਤੀ ਗਈ ਸੀ ਕਿ ਇੱਥੇ ਡਾਕਟਰਾਂ ਦੀ ਕਮੀ ਹੈ ਅਤੇ ਡਾਕਟਰ ਵਗਨਾ ਅਪੁਆਇੰਟ ਕੀਤੇ ਜਾਣ। ਉਸ ਵੇਲੇ ਉਹਨਾਂ ਨੇ ਸਾਡੇ ਸਾਹਮਣੇ ਹੀ ਮਧੂ ਵਗਨਾ ਹਸਪਤਾਲ ਦਾ ਦੌਰਾ ਵੀ ਕੀਤਾ ਅਤੇ ਮਧੂ ਵਗਨਾ ਕੁਛ ਅਧਿਕਾਰੀਆਂ ਨਾਲ ਗੱਲ ਵੀ ਕੀਤੀ, ਲੇਕਿਨ ਇਸ ਸਮੇਂ ਨੂੰ ਤਕਰੀਬਨ 2 ਮਹੀਨੇ ਤੋਂ ਵੱਧ ਹੋ ਗਿਆ, ਲੇਕਿਨ ਅੱਜ ਤੱਕ ਕੋਈ ਵੀ ਮਸਲਾ ਹੱਲ ਨਹੀਂ ਹੋਇਆ। ਅਸੀਂ ਪ੍ਰਸ਼ਾਸਨ ਅੱਗੇ, ਸਰਕਾਰ ਅੱਗੇ ਵਗਨਾ ਪੂਰਜ਼ੋਰ ਮੰਗ ਕਰਦੇ ਹਾਂ ਵੀ ਇੱਥੇ ਜਲਦੀ ਤੋਂ ਜਲਦੀ ਡਾਕਟਰਾਂ ਦੀ ਕਮੀ ਨੂੰ ਬਹਾਲ ਕੀਤਾ ਜਾਵੇ ਤਾਂ ਕਿ ਲੋਕਾਂ ਨੂੰ ਸਹੂਲਤਾਂ ਮਿਲ ਸਕਣ, ਜਿਹੜੀ ਸਰਕਾਰ ਵਗਨਾ ਵੱਡੇ ਵੱਡੇ ਦਾਅਵੇ ਕਰਦੀਆਂ ਉਹ ਖੋਖਲੇ ਸਾਬਤ ਨਾ ਹੋਣ।
ਡਾਕਟਰਾਂ ਦੀ ਕਮੀ ਕਾਰਨ ਇੱਥੇ ਮਰੀਜ਼ ਜਿਹੜੇ ਦਰ ਦਰ ਭਟਕਦੇ ਹੈਗੇ ਆ। ਮਤਲਬ ਇੱਕ ਦੋ ਡਾਕਟਰ ਹੈਗੇ ਆ ਇੱਥੇ, ਨਾ ਕੋਈ ਸਰਜਨ ਹੈ ਇੱਥੇ, ਨਾ ਕੋਈ ਓ ਪੀ ਡੀ ਸਹੀ ਚਲਦੀ ਹੈ ਇਹਦੀ। ਦੋ ਡਾਕਟਰ ਹੈ, ਕਿਸੇ ਇੱਕ ਬੱਚਿਆਂ ਦਾ ਡਾਕਟਰ, ਇੱਕ ਦੰਦਾਂ ਦਾ ਡਾਕਟਰ ਹੈਗੇ। ਹਰ ਤਰ੍ਹਾਂ ਦਾ ਡਾਕਟਰ ਹੋਣਾ ਚਾਹੀਦਾ ਇੱਥੇ, ਕਿਉਂਕਿ ਮਰੀਜ਼ ਜਿਹੜਾ ਬਿਮਾਰ ਹੋ ਜਾਂਦਾ ਰਾਤ ਨੂੰ 8 ਵਜੇ, ਜਾਂ ਕੋਈ ਮਰੀਜ਼ ਬਿਮਾਰ ਹੋ ਜਾਂਦਾ ਪਰੇਸ਼ਾਨੀ ਹੋ ਜਾਂਦੀ ਹੈ, ਸਾਰਿਆਂ ਨੂੰ ਪਠਾਨਕੋਟ ਜਾਣਾ ਪੈਂਦਾ, ਇਹਦੇ ਵਿੱਚ ਮਰੀਜ਼ਾਂ ਨੂੰ ਬੜੀ ਪਰੇਸ਼ਾਨੀ ਆਉਂਦੀ ਹੈ। ਇਸੇ ਕਾਰਨ ਸਰਕਾਰ ਨੂੰ ਮੰਗ ਕਰਦੇ ਹਾਂ, ਇੱਥੇ ਤਕਰੀਬਨ ਹਰ ਮਤਲਬ ਜਿਹੜਾ ਬਿਮਾਰੀ ਦਾ ਜਿਹੜਾ ਡਾਕਟਰ ਹੈਗਾ ਉਹ ਇੱਥੇ ਮੌਜੂਦ ਹੋਣਾ ਚਾਹੀਦਾ, ਅਸੀਂ ਇਹੋ ਅਪੀਲ ਕਰਦੇ ਹਾਂ। ਨੰਬਰ 2, ਜਿਹੜਾ ਇੱਥੇ ਮੈਡੀਕਲ ਪਹਿਲੇ ਕਟਾਉਂਦੇ ਸੀ, ਕਿਸੇ ਲੜਾਈ ਝਗੜਾ ਹੋ ਜਾਂਦਾ ਰਾਤੀ ਪਠਾਨਕੋਟ ਜਾਣਾ ਪੈਂਦਾ, ਪਹਿਲੇ ਇੱਥੇ ਕਟਾਉਂਦੇ ਸੀ, 2 ਵਜੇ ਤੱਕ ਕਟਾਉਂਦੇ ਸੀ, ਉਹ ਸਰਕਾਰ ਨੇ ਉਹ ਵੀ ਬੰਦ ਕਰਤੇ। ਅਸੀਂ ਕਹਿੰਦੇ ਹਾਂ ਜਿਹੜੀ ਮੈਡੀਕਲ ਦੀ ਉਹ ਸੁਵਿਧਾ ਹੈਗੀ ਆ, MRI ਕੱਢਦੇ ਆ, ਉਹ ਇੱਥੇ ਹੋਣੀ ਚਾਹੀਦੀ। ਇਸ ਵਾਰ ਨਮਸਕਾਰ ਜੀ ਭਾਈ, ਸਿਵਲ ਹੋਸਪਿਟਲ ਵਿੱਚ ਡਾਕਟਰ ਇੰਨੀ ਕੁ ਕਮੀ ਹੈਗੀ ਆ ਵੀ ਸਿਰਫ ਇੱਥੇ 2 ਡਾਕਟਰ ਹੈਗੇ ਆ, ਇੱਕ ਲੇਡੀ ਡਾਕਟਰ ਹੈਗੀ ਆ, ਇੱਕ ਬੱਚਿਆਂ ਦੀ ਡਾਕਟਰ ਹੈਗੀ ਆ। ਔਰ ਇੱਥੇ ਅਗਰ ਕਿਸੇ ਨੂੰ ਕੋਈ ਦਿੱਕਤ ਜ਼ਿਆਦਾ ਆ ਜਾਂਦੀ ਆ ਤਾਂ ਸਾਨੂੰ ਸਿਵਲ ਹੋਸਪਿਟਲ ਪਠਾਨਕੋਟ ਦੌੜਨੇ ਪੈਂਦਾ, ਔਰ ਕਈ ਵਾਰੀ ਫਰਕ ਵੀ ਬੰਦ ਹੁੰਦਾ ਹੈਗਾ ਅਤੇ ਇੱਥੇ ਚਾਂਸ ਹੁੰਦਾ ਹੈਗਾ, ਕਈ ਵਾਰੀ ਡੈਥਾਂ ਵੀ ਹੋ ਜਾਂਦੀਆਂ ਹੈਗੀਆਂ ਆ। ਆਪਾਂ ਮਾੜੀ ਜਿਹੀ ਦਵਾਈ ਲੈਣ ਵੀ ਜਾਣਾ ਹੈ ਅਤੇ ਇੱਥੇ ਸਿਵਲ ਹੋਸਪਿਟਲ ਜਾਂਦੇ, ਸਾਨੂੰ ਇੱਥੇ ਦਵਾਈ ਵੀ ਨਹੀਂ ਪੂਰੀ ਮਿਲਦੀ ਹੈਗੀ, ਡਾਕਟਰਾਂ ਦੀ ਕਮੀ ਛੱਡੀ ਛੱਡੀ ਇੱਥੇ ਦਵਾਈਆਂ ਵੀ ਨਹੀਂ ਪੂਰੀਆਂ ਆਉਂਦੀਆਂ ਹੈਗੀਆਂ। ਇਸ ਕਰਕੇ ਇੱਥੇ ਡਾਕਟਰਾਂ ਦੀ ਕਮੀ ਵੀ ਪੂਰੀ ਕੀਤੀ ਜਾਏ, ਇੱਥੇ ਡਾਕਟਰ ਵੀ ਲਿਆਉਂਦੇ ਜਾਣ, ਔਰ ਨੋਰਮਲ ਡਿਲੀਵਰੀ ਵੀ ਇੱਥੇ ਸਾਰਿਆਂ ਨਾਲ ਘੱਟ ਹੁੰਦੀ ਹੈਗੀ, ਜ਼ਿਆਦਾ ਨਹੀਂ ਹੁੰਦੀ ਹੈਗੀ। ਉਹ ਵੀ ਜੇ ਡਿਲੀਵਰੀ ਕਰਵਾਉਣੀ ਹੋਈ ਉਹ ਵੀ ਪਠਾਨਕੋਟ ਜਾਣਾ ਪੈਂਦਾ ਹੈਗਾ। ਮੇਰੀ ਮਿਸੇਜ ਦੀ ਮੇਰੇ ਘਰ ਗੁੜੀਆ ਸੀ, ਔਰ ਮੈਨੂੰ ਇੱਥੇ ਨਹੀਂ ਆਪਣੇ ਲੇਡੀ ਡਾਕਟਰ ਹੈਗੀ, ਇੱਥੇ ਦਵਾਈ ਚੱਲੀ ਸੀ, ਔਰ ਜਿਲ੍ਹੇ ਓਪਰੇਟ ਦੀ ਗੱਲ ਆਈ ਸੀ ਤਾਂ ਪਠਾਨਕੋਟ ਸਿਵਲ ਹੋਸਪਿਟਲ ਜਾਣੇ ਪਿਆ ਸੀ, ਉੱਥੇ ਕਰਵਾਉਣੇ ਪਿਆ ਸੀ ਜਾ ਕੇ। ਕੋਈ ਵੀ ਦਿੱਕਤ ਆਉਂਦੀ ਹੈਗੀ ਸਾਨੂੰ ਪਠਾਨਕੋਟ ਦੌੜਨੇ ਪੈਂਦਾ ਆ। ਇਸ ਕਰਕੇ ਸਰਕਾਰ ਦੇ ਅੱਗੇ ਇਹੀ ਦੁਖਾਸ ਹੈਗੀ ਆ ਵੀ ਇੱਥੇ ਸਿਵਲ ਹੋਸਪਿਟਲ ਦੇ ਵਿੱਚ ਡਾਕਟਰ ਜ਼ਿਆਦਾ ਤੋਂ ਜ਼ਿਆਦਾ ਜਲਦੀ ਤੋਂ ਜਲਦੀ ਇੱਥੇ ਮੁਹੱਈਆ ਕਰਵਾਈ ਜਾਣ, ਔਰ ਦਵਾਈਆਂ ਵੀ ਇੱਥੇ ਮੁਹੱਈਆ ਕਰਵਾਈ ਜਾਏ। ਜੈ ਸ਼੍ਰੀ ਰਾਮ। ਡਾਕਟਰਾਂ ਦੀ ਕਮੀ ਤਾਂ ਸਰ ਜਿਹੜੀ ਹੈ ਹੀ ਹੈ। ਪਹਿਲਾਂ ਮੈਂ ਤੁਹਾਡੇ ਚੈਨਲ ਦਾ ਬਹੁਤ ਬਹੁਤ ਧੰਨਵਾਦ ਕਰਦਾ ਕਿ ਤੁਸੀਂ ਜਿਹੜੀਆਂ ਲੋਕਾਂ ਦੀਆਂ ਜਿਹੜੀਆਂ ਮੂਲਭੂਤ ਸੁਵਿਧਾਵਾਂ ਹੁੰਦੀਆਂ ਨੇ ਉਹਨਾਂ ਨੂੰ ਟਾਈਮ ਟੂ ਟਾਈਮ ਸਮੇਂ ਤੋਂ ਅਨੁਸਾਰ ਉਹਨਾਂ ਨੂੰ ਉਜਾਗਰ ਕਰਦੇ ਹੋ, ਤੁਸੀਂ ਬਹੁਤ ਵਧੀਆ ਕੰਮ ਕਰ ਰਹੇ ਹੋ। ਬਾਕੀ ਇਹ ਖਾਲੀ ਜਿਹੜਾ ਸਾਡਾ ਸਿਵਲ ਹੋਸਪਿਟਲ ਹੈ ਇਹਦੀ ਗੱਲ ਨਹੀਂ ਹੈ, ਸੁਜਾਨਪੁਰ ਕੰਸਟੀਚੁਐਂਸੀ ਜਿਹੜੀ ਹੈ ਇਹਨੂੰ ਲੋਕਾਂ ਨੇ ਜਿਹੜੇ ਸਾਡੇ ਲੀਡਰ ਬੰਦੇ ਨੇ ਇਹਨਾਂ ਨੇ ਬਹੁਤ ਹੀ ਇਹਨਾਂ ਨੂੰ ਨਿਚੋੜਿਆ, ਕਿਉਂਕਿ ਸਾਡਾ ਇਲਾਕਾ ਜਿਹੜਾ ਹੈ ਜਿੱਥੇ 40-45 ਹਜ਼ਾਰ ਸੁਜਾਨਪੁਰ ਦੀ ਆਬਾਦੀ ਹੈ ਅਤੇ 40-45 ਹਜ਼ਾਰ ਹੀ ਬਾਕੀ ਪਿੰਡਾਂ ਦੀ ਆਬਾਦੀ ਹੈ। ਇੱਥੇ ਕੋਈ ਵੀ ਚੀਜ਼ ਨਹੀਂ ਹੈ, ਇੱਕ ਹੋਸਪਿਟਲ ਦੀ ਗੱਲ ਨਾ ਕਰੋ ਤੁਸੀਂ, ਤੁਹਾਨੂੰ ਪਤਾ ਹੀ ਇੱਥੇ ਕੋਈ ਚੰਗਾ ਕਾਲਜ ਨਹੀਂ ਹੈ, ਕੋਈ ਕੋਈ ਚੰਗੀ ਬੱਸ ਸਟੈਂਡ ਨਹੀਂ ਹੈ, ਕੋਈ ਇੱਥੇ ਮਤਲਬ ਕਿ ਹੋਸਪਿਟਲ ਦਾ ਮੇਨ ਮੁੱਦਾ ਹੈ ਮੇਨ, ਕਿਉਂਕਿ ਸਾਰੇ ਲਾਗੇ ਲਾਗੇ ਪਿੰਡਾਂ ਦੇ ਲੋਕ ਵੀ ਇੱਥੇ ਆਉਂਦੇ ਆ। ਮਗਰ ਸਾਡੇ ਸੁਜਾਨਪੁਰ ਦੀ ਬਦਕਿਸਮਤੀ ਹੈ, ਜਦੋਂ ਦਾ ਵੀ ਸੁਜਾਨਪੁਰ ਵਜੂਦ 'ਚ ਆਇਆ ਹੈ ਇੱਥੇ ਕੋਈ ਵੀ ਚੰਗੀ ਚੀਜ਼ ਨਹੀਂ ਹੋਈ, ਕਿਉਂਕਿ ਜੇ ਛੋਟਾ ਜਿਹਾ ਵੀ ਕੋਈ ਕੰਮ ਹੁੰਦਾ ਹੈ ਤਾਂ ਝੱਟ ਪਠਾਨਕੋਟ ਭੇਜ ਦਿੰਦੇ ਆ। ਇਹ ਸਰਕਾਰਾਂ ਜਿਹੜੀਆਂ ਆਉਂਦੀਆਂ ਨੇ ਉਹ ਲੋਕਾਂ ਨੂੰ ਜਦੋਂ ਸਰਕਾਰ ਬਣਨੀ ਹੁੰਦੀ ਹੈ ਉਦੋਂ ਬੜੇ ਬੜੇ ਲੋਲੀਪੋਪ ਦਿੰਦੇ ਆ। ਇਹ ਹੁਣ ਆਪਦੀ ਜਿਹੜੀ ਸਰਕਾਰ ਹੈ ਆਪਦੀ ਸਰਕਾਰ ਇਹ ਲੋਕਾਂ ਦੇ ਮੁਹੱਲੇ ਕਲੀਨਿਕ ਬਣਾਏ ਕਰਦੇ, ਇਹ ਬਣਾਏ ਕਰਦੇ ਆ। ਮਗਰ ਮੈਂ ਇਹ ਆਪ ਸਰਕਾਰ ਨੂੰ ਪੁੱਛਣਾ ਚਾਹੁੰਦਾ ਹਾਂ ਵੀ ਕਮ ਸੇ ਕਮ ਜਿਹੜੇ ਆਲਰੇਡੀ ਜਿਹੜੇ ਹੋਸਪਿਟਲ ਬਣੇ ਆ ਉਹਨਾਂ ਨੂੰ ਡਿਵੈਲਪ ਕਰੋ, ਉਹਨਾਂ ਦੇ ਚੰਗੇ ਚੰਗੇ ਡਾਕਟਰ ਲਿਆਓ। ਇਹ ਹੁਣ ਸੁਜਾਨਪੁਰ ਜਿਹੜਾ ਡਾਕਟਰ ਹੈ ਜਿਹੜਾ ਹੋਸਪਿਟਲ ਹੈ ਸਿਰਫ ਨਾਂ ਦਾ ਹੋਸਪਿਟਲ ਹੈ, ਇੱਥੇ ਕੋਈ ਵੀ ਫੈਸਿਲਿਟੀ ਨਹੀਂ ਹੈ। ਇੱਥੇ ਜਿਹੜਾ ਵੀ ਡਾਕਟਰ ਆਉਂਦਾ ਹੈ ਉਹ 2-4 ਮਹੀਨੇ ਕੱਢਦਾ ਅਤੇ ਉਹਦੇ ਬਾਅਦ ਟ੍ਰਾਂਸਫਰ ਕਰਕੇ ਚੱਲਦਾ, ਕਿਉਂਕਿ ਇੱਥੇ ਉਹਨਾਂ ਦਾ ਸਰਕਲ ਨਹੀਂ ਬਣਦਾ। ਜਿੰਨੀ ਕੁ ਕਮਾਈ ਉਹ ਚਾਹੁੰਦੇ ਆ ਡਾਕਟਰ ਉਹ ਇੱਥੇ ਨਹੀਂ ਮਿਲ ਰਹੀ ਉਹਨਾਂ ਨੂੰ, ਇਸ ਕਰਕੇ ਜਿਹੜਾ ਵੀ ਆਉਂਦਾ ਹੈ ਇੱਥੇ ਡਾਕਟਰ ਉਹ 2-4 ਮਹੀਨੇ ਮਜ਼ਬੂਰੀ ਨਾਲ ਇੱਥੇ ਕੱਢਦਾ ਹੈ, ਉਹਦੇ ਬਾਅਦ ਉਹ ਆਪਣੀ ਟ੍ਰਾਂਸਫਰ ਕਰਕੇ ਨਿਕਲ ਜਾਂਦਾ। ਕਸੂਰ ਕਹਿੰਦਾ ਆ ਇਹ ਸਾਡੇ ਲੀਡਰ ਦਾ ਕਸੂਰ ਹੈ, ਕਿਉਂਕਿ ਜਦੋਂ ਦਾ ਵੀ ਸੁਜਾਨਪੁਰ ਵਜੂਦ 'ਚ ਆਇਆ ਹੈ ਇਹ ਲੋਕਾਂ ਨੂੰ ਸਾਡਿਆਂ ਨੂੰ ਜਿਹੜੀ ਹੈ ਆਪਣੇ ਚਿਕਿਤਸਕ ਸੁਵਿਧਾ ਜਿਹੜੀ ਹੈ ਬਿਲਕੁਲ ਨਹੀਂ ਮਿਲੀ।
ਇਸ ਕਰਕੇ ਅਸੀਂ ਸਰਕਾਰ ਅੱਗੇ ਬੇਨਤੀ ਕਰਦੇ ਹਾਂ ਵੀ ਜਿਹੜੇ ਤੁਸੀਂ ਨਵੇਂ ਖੋਖੇ ਬਣਾ ਰਹੇ ਹੋ, ਨਵੇਂ ਜਿਹੜੇ ਕਲੀਨਿਕ ਬਣਾ ਰਹੇ ਹੋ, ਉਹਨਾਂ ਨੂੰ ਛੱਡੋ। ਕਮ ਸੇ ਕਮ ਜਿਹੜੇ ਪੁਰਾਣੇ ਨੇ ਉਹਨਾਂ ਨੂੰ ਹੀ ਠੀਕ ਠਾਕ ਰੱਖੋ, ਉਹਨਾਂ ਵਿੱਚ ਚੰਗੇ ਚੰਗੇ ਡਾਕਟਰ ਲਿਆਓ, ਲੋਕਾਂ ਨੂੰ ਜਿਹੜੀਆਂ ਸੁਵਿਧਾਵਾਂ ਦੇਵੋ। ਇਸ ਕਰਕੇ ਹੁਣ ਦੇਖੀ ਲਿਆ ਨਾ ਆਪਣੇ ਕੀ ਹਾਲ ਹੋਇਆ ਆਪਣੇ ਇਲੈਕਸ਼ਨਾਂ 'ਚ। ਇਸ ਕਰਕੇ ਅਗਰ ਇਹੋ ਹੀ ਹਾਲ ਆ ਤਾਂ ਇਹਨਾਂ ਦੇ ਜਿਹੜੇ MLA ਇਲੈਕਸ਼ਨ ਹੋਣੇ ਆ ਉਹਨਾਂ ਦੀ ਇੰਨੀ ਬੜੀ ਪੁਜੀਸ਼ਨ ਮਾੜੀ ਹੋਣੀ ਆ। ਇਸ ਕਰਕੇ ਇਹਨਾਂ ਨੂੰ ਚਾਹੀਦਾ ਹੈ ਵੀ ਜੋ ਜੋ ਮੂਲਭੂਤ ਸੁਵਿਧਾ ਲੋਕਾਂ ਦੀਆਂ ਆ ਉਹਨਾਂ ਨੂੰ ਜ਼ਰੂਰ ਦਿਓ, ਤਾਂ ਕਿ ਲੋਕੀ ਜਿਹੜਾ ਕੋਈ ਵੀ ਗਰੀਬ ਬੰਦਾ ਆ ਬੇਇਲਾਜ ਨਾ ਮਰੇ, ਕਿਉਂਕਿ ਸਰਕਾਰੀ ਹਸਪਤਾਲ ਇਹੋ ਮਤਲਬ ਹੈ ਵੀ ਹਰ ਬੰਦੇ ਨੂੰ ਉੱਥੇ ਇਲਾਜ ਮਿਲੇ, ਮਗਰ ਸਰਕਾਰਾਂ ਦੇ ਕੰਨਾਂ ਦੇ ਜੂੰ ਤੱਕ ਨਹੀਂ ਰਿੰਗਦੀ। ਇਸ ਕਰਕੇ ਜਿਹੜੇ ਵੀ ਹਨ ਇਹ ਜਿਹੜੇ ਵੀ ਹੋਸਪਿਟਲ ਜਿਹੜੇ ਸਾਡੇ ਆਲਰੇਡੀ ਬਣੇ ਆ ਉਹਨਾਂ ਨੂੰ ਤੁਸੀਂ ਚੰਗੇ ਵਧੀਆ ਮੋਡੀਫਾਈ ਕਰੋ, ਵਧੀਆ ਤਿਆਰੀ ਕਰੋ, ਚੰਗੇ ਚੰਗੇ ਡਾਕਟਰ ਲਿਆਓ, ਅਤੇ ਜਿਹੜਾ ਵੀ ਡਾਕਟਰ ਆਉਂਦਾ ਕਮ ਸੇ ਕਮ 2-4 ਸਾਲ ਅਤੇ 2 ਸਾਲ ਘੱਟੋ ਘੱਟ 2 ਸਾਲ ਤੇ ਉਹਨਾਂ ਦਾ ਟ੍ਰੇਨਿੰਗ ਰੱਖੋ ਵੀ ਇੱਕ ਸਟੇਸ਼ਨ ਜਾ ਕੇ ਤੁਹਾਨੂੰ ਘੱਟੋ ਘੱਟ 2 ਸਾਲ ਦੇ ਤੁਹਾਨੂੰ ਕੱਟਣੇ ਪੈਣੇ ਆ। ਡਾਕਟਰਾਂ ਦੀ ਕਮੀ ਹੈਗੀ ਹੈ, ਲੋਕਾਂ ਦਾ ਕਹਿਣਾ ਕਿ ਕਾਫੀ ਆਬਾਦੀ ਹੈ ਸ਼ਹਿਰ ਦੀ, ਲੋਕਾਂ ਨੂੰ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ, ਕੀ ਕਹਿਣਾ ਚਾਹੁੰਦੇ? ਇੱਥੇ ਇੱਕ ਗਾਇਨੀਕੋਲੋਜਿਸਟ ਡਾਕਟਰ ਹੈਗੀ ਡਾਕਟਰ ਗਲੋਰੀਆ ਮਸੀਹ, ਅਤੇ ਇੱਕ ਐਨਸਥੈਟਿਸਟ ਵੀ ਹੈਗੇ ਆ ਡਾਕਟਰ ਸੁਮਿਤ, ਅਤੇ ਡਾਕਟਰ ਆਂਚਲ ਸ਼ਰਮਾ ਉਹ ਵੀ ਗਾਇਨੀ ਦਾ ਅਤੇ ਜਨਰਲ ਪੇਸ਼ੈਂਟ ਦੇਖਦੇ ਹਨ, ਅਤੇ ਇੱਥੇ ਡੈਂਟਲ ਡਾਕਟਰ ਵੀ ਹੈਗੇ ਆ, ਅਤੇ ਡਾਕਟਰ ਅਰੁਸੀ ਸ਼ਰਮਾ ਚਾਈਲਡ ਸਪੈਸ਼ਲਿਸਟ ਡਾਕਟਰ ਹੈਗੇ ਆ, ਅਤੇ ਕਮੀ ਇੱਥੇ ਹੈਗੀ ਆ ਐਮਰਜੈਂਸੀ ਮੈਡੀਕਲ ਆਫਿਸਰ ਅਤੇ ਕੁਝ ਸਟਾਫ ਨਰਸਿਸ, ਉਹਨਾਂ ਦੀ ਵੀ ਕਮੀ ਹੈ ਕਿਉਂਕਿ ਕੁਛ ਸਟਾਫ ਨਰਸਿਸ ਜਿਹੜੀਆਂ ਪ੍ਰਮੋਟ ਹੋ ਕੇ ਇੱਥੋਂ ਜਿਹੜੀਆਂ ਆ ਉਹ ਦੂਸਰੀ ਜਗ੍ਹਾ ਚਲੀ ਗਈਆਂ ਹਨ, ਅਤੇ ਬਾਕੀ ਇੱਥੇ ਡਿਲੀਵਰੀਜ਼ ਵੀ ਹੁੰਦੀਆਂ ਹੈਗੀਆਂ, ਆਸ਼ਾ ਵਰਕਰ ਜੋ ਹੈਗੀਆਂ ਸਾਡੀਆਂ ਉਹ ਪੇਸ਼ੈਂਟਸ ਲੈ ਕੇ ਆਉਂਦੀਆਂ ਹੈਗੀਆਂ, ਐਂਟੀਨੈਟਲ ਕੇਸ ਜਿਹੜੇ ਹੈਗੇ ਆ ਅਤੇ ਡਿਲੀਵਰੀਜ਼ ਇੱਥੇ ਹੁੰਦੀਆਂ ਹੈਗੀਆਂ 24 ਘੰਟੇ ਹੁੰਦੀਆਂ। ਆਮ ਲੋਕਾਂ ਦਾ ਕਹਿਣਾ ਸੀਨੀਅਰ ਸਿਟੀਜ਼ਨ ਜਿਹੜੇ ਆ ਉਹਨਾਂ ਨੂੰ ਦਿੱਕਤ ਦਾ ਸਾਹਮਣਾ ਆਉਂਦਾ ਕਿ ਜੈਂਟਸ ਡਾਕਟਰ ਨਹੀਂ ਹੈਗਾ। ਹਾਂ, ਇੱਕ ਮੈਡੀਕਲ ਸਪੈਸ਼ਲਿਸਟ ਡਾਕਟਰ ਦੀ ਕਮੀ ਹੈਗੀ ਹੈ, MD ਮੈਡੀਸਨ ਡਾਕਟਰ, ਅਤੇ ਉਹ ਜ਼ਰੂਰੀ ਹੈ। ਤੁਹਾਡੇ ਵੱਲੋਂ ਲਿਖ ਕੇ ਦਿੱਤਾ ਗਿਆ ਜੀ? ਹਾਂਜੀ, ਅਸੀਂ ਟਾਈਮ ਟੂ ਟਾਈਮ ਜੋ ਵੀ ਸਾਡੀ ਰਿਕੁਆਇਰਮੈਂਟ ਹੁੰਦੀ ਆ ਅਸੀਂ ਜਿਹੜਾ ਆ ਉਹ ਹਾਇਰ ਅਥੋਰਟੀ ਨੂੰ ਲਿਖ ਕੇ ਭੇਜਦੇ ਹਾਂ। ਕੋਈ ਜਵਾਬ ਤੁਹਾਨੂੰ ਕਰਵਾਇਆ ਹੋਏ ਕੋਈ ਡਾਕਟਰ ਨਵਾਂ ਆ ਰਿਹਾ? ਨਹੀਂ, ਅਜੇ ਤੱਕ ਤਾਂ ਕੋਈ ਨਹੀਂ ਹੈਗਾ ਜਵਾਬ ਆਇਆ। ਹਾਂਜੀ।